ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਇੱਟਾਂ ਦੇ ਸਹਾਰੇ ਖੜੀ ਹੈ ਅਤੇ ਇਸ ਦੇ ਟਾਇਰ ਬਿਲਕੁਲ ਵੀ ਤੁਹਾਨੂੰ ਨਜ਼ਰ ਨਹੀਂ ਆ ਰਹੇ ਹੋਣਗੇ। ਤਾਂ ਤੁਹਾਨੂੰ ਦੱਸ ਦਈਏ ਕਿ ਕੋਈ ਇਸ ਦੇ ਵਿੱਚ ਤਕਨੀਕੀ ਖਰਾਬੀ ਨਹੀਂ, ਇਹ ਇੱਕ ਚੋਰਾਂ ਦੇ ਵੱਲੋਂ ਕੀਤਾ ਗਿਆ ਸ਼ਰਮਨਾਕ ਕਾਰ ਹੈ। ਤੁਹਾਨੂੰ ਦੱਸ ਦਈਏ ਕਿ ਚੋਰਾਂ ਨੇ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕੇ ਉਸਦੇ ਚਾਰੋਂ ਟਾਇਰ ਰਿਮ ਸਮੇਤ ਖੋਲ੍ਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਇਹ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਚਾਵਾਂ ਦੇ ਨਾਲ ਇਹ ਵਿਅਕਤੀ ਗੱਡੀ ਲੈ ਕੇ ਆਇਆ ਸੀ। ਕਿਹਾ ਜਾ ਰਿਹਾ ਕਿ ਹਾਲੇ ਪਰਿਵਾਰ ਦੇ ਚਾਹ ਵੀ ਨਹੀਂ ਸੀ ਉਤਰੇ ਅਤੇ ਚੋਰ ਇਸ ਗੱਡੀ ਦਾ ਵੱਡਾ ਨੁਕਸਾਨ ਕਰ ਗਏ ਨੇ। ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਇਲਾਕੇ ਦੇ ਵਿੱਚ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਰਾਤ ਨੂੰ ਜੋ ਇਸ ਕਾਰ ਦਾ ਮਾਲਕ ਹੈ ਉਹ ਇਸ ਨੂੰ ਖੜੀ ਕਰਕੇ ਗਿਆ ਸੀ, ਪਰ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਕਿਉਂਕਿ ਇਸਦੇ ਚਾਰੋਂ ਟਾਇਰ ਨਜ਼ਰ ਹੀ ਨਹੀਂ ਸੀ ਆ ਰਹੇ। ਆਖਿਰ ਨਜ਼ਰ ਵੀ ਕਿਵੇਂ ਆਉਂਦੇ ਕਿਉਂਕਿ ਚੋਰਾਂ ਦੇ ਵੱਲੋਂ ਇਸ ਨੂੰ ਇੱਟਾਂ 'ਤੇ ਲਾ ਕੇ ਜੋ ਇਸਦੇ ਚਾਰੋਂ ਟਾਇਰ ਖੋਲ੍ਹ ਕੇ ਲੈ ਗਏ ਨੇ। ਤਾਂ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਵੀਂ ਕਾਰ ਦੇ ਚਾਰੋਂ ਟਾਇਰ ਚੋਰਾਂ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਅਤੇ ਕਾਰ ਨੂੰ ਇੱਟਾਂ ਦੇ ਸਹਾਰੇ ਖੜਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ। ਰਾਤ ਕੋ 10-11 ਵਜੇ ਤੱਕ ਹਮ ਲੋਕ ਜਾਗਦੇ ਹੀ ਰਹਤੇ, ਉਸ ਸਮੇਂ ਤੱਕ ਤਾਂ ਕੁਛ ਹੁਆ ਨਹੀਂ ਥਾ। ਔਰ ਜਬ ਹਪਨ ਸੋ ਗਏ ਤਾਂ ਫਿਰ 2-2.5 ਕੇ ਬੀਚ ਮੇ ਜੋ ਹੈ 3 ਵਜੇ ਕੇ ਆਸ ਪਾਸ ਜੋ ਹੈ ਯਹਾਂ ਸੇ ਲੋਕ ਲੈ ਗਏ। ਕਿਆ ਨੁਕਸਾਨ ਹੈ? ਚਾਰੋ ਪਹੀਆ ਮੇਰੇ ਨਿਕਾਲ ਲੈ ਗਏ। ਅਬ ਕਿਆ ਪੁਲਿਸ ਕੋ ਇਸਕੀ ਕਹਿ ਦੀ ਹੈ? ਪੁਲਿਸ ਕੋ ਯਾਰੋ ਮੈਂ ਸ਼ਿਕਾਇਤ ਦੇਨੇ 112 ਪੇ ਮੈਨੇ ਪ੍ਰਾਇਮਰੀ ਜੋ ਹੈ ਕੰਪਲੇਨ ਕਰ ਦਿਆ ਥਾ। ਔਰ ਅਭੀ ਜਾ ਰਹਾ ਹੂੰ ਮੈਂ ਰਿਪੋਰਟ ਲਿਖਵਾਨੇ ਪੁਲਿਸ ਮੇ ਥਾਨਾ ਪੇ। ਸੀਸੀਟੀਵੀ ਸਾਹਮਣੇ ਆਇਆ ਲੇਕਿਨ ਉਹ ਗਾੜੀ ਕਾ ਨੰਬਰ ਐਕਚੁਅਲੀ ਨਹੀਂ ਪਤਾ ਚਲ ਪਾਇਆ, ਕੇਵਲ ਬਸ ਗਾੜੀ ਪਤਾ ਚਲੀ ਸਵਿਫਟ ਡਿਜ਼ਾਇਰ ਹੈ, ਯੈਲੋ ਪਲੇਟ ਕੀ ਹੈ, ਉਹ ਲੈ ਕੇ ਗਈ ਹੈ। ਸਰ ਲਾਅ ਐਂਡ ਆਰਡਰ ਕੋ ਕੈਸੇ ਦੇਖਤੇ ਹੋ? ਅਬ ਭਾਈ ਚੋਰ ਪਕੜ ਲਿਏ ਜਾਏ, ਬਾਕੀ ਔਰ ਕਿਸੇ ਕਾ ਨੁਕਸਾਨ ਨਾ ਕਰਨੇ ਪਾਏ, ਇਸਕੇ ਇਲਾਵਾ ਕਿਆ ਚਾਹੀਏ? ਹਮਾਰਾ ਤੋ ਪਤਾ ਨਹੀਂ ਵਾਪਸ ਹੋ ਪਾਏਗਾ ਨਹੀਂ ਹੋ ਪਾਏਗਾ। ਕਿਤਨਾ ਨੁਕਸਾਨ ਹੋਗਾ? ਨੁਕਸਾਨ ਸਾਰੇ ਰਿਮ ਔਰ ਪਹੀਏ ਸਾਰੇ ਲੈ ਗਏ, ਲੋਇਬਿਲ ਤੇ ਸਾਰੇ ਮਾਨ ਕੇ ਚਲੀਏ ਤੋ ਹੋ ਗਿਆ ਕਰੀਬ 70,000 ਕੇ ਆਸ ਪਾਸ ਕਾ ਨੁਕਸਾਨ ਹੋ ਗਿਆ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਕਾਰ ਇੱਟਾਂ ਦੇ ਸਹਾਰੇ ਖੜੀ ਹੈ ਅਤੇ ਇਸ ਦੇ ਟਾਇਰ ਬਿਲਕੁਲ ਵੀ ਤੁਹਾਨੂੰ ਨਜ਼ਰ ਨਹੀਂ ਆ ਰਹੇ ਹੋਣਗੇ। ਤਾਂ ਤੁਹਾਨੂੰ ਦੱਸ ਦਈਏ ਕਿ ਕੋਈ ਇਸ ਦੇ ਵਿੱਚ ਤਕਨੀਕੀ ਖਰਾਬੀ ਨਹੀਂ, ਇਹ ਇੱਕ ਚੋਰਾਂ ਦੇ ਵੱਲੋਂ ਕੀਤਾ ਗਿਆ ਸ਼ਰਮਨਾਕ ਕਾਰ ਹੈ। ਤੁਹਾਨੂੰ ਦੱਸ ਦਈਏ ਕਿ ਚੋਰਾਂ ਨੇ ਗੱਡੀ ਨੂੰ ਇੱਟਾਂ ਦੇ ਸਹਾਰੇ ਖੜਾ ਕੇ ਉਸਦੇ ਚਾਰੋਂ ਟਾਇਰ ਰਿਮ ਸਮੇਤ ਖੋਲ੍ਹ ਲਏ ਅਤੇ ਮੌਕੇ ਤੋਂ ਫਰਾਰ ਹੋ ਗਏ। ਤਾਂ ਮਾਮਲਾ ਇਹ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਚਾਵਾਂ ਦੇ ਨਾਲ ਇਹ ਵਿਅਕਤੀ ਗੱਡੀ ਲੈ ਕੇ ਆਇਆ ਸੀ। ਕਿਹਾ ਜਾ ਰਿਹਾ ਕਿ ਹਾਲੇ ਪਰਿਵਾਰ ਦੇ ਚਾਹ ਵੀ ਨਹੀਂ ਸੀ ਉਤਰੇ ਅਤੇ ਚੋਰ ਇਸ ਗੱਡੀ ਦਾ ਵੱਡਾ ਨੁਕਸਾਨ ਕਰ ਗਏ ਨੇ। ਤਾਂ ਦੱਸ ਦਈਏ ਕਿ ਚੋਰਾਂ ਦੇ ਹੌਸਲੇ ਇਲਾਕੇ ਦੇ ਵਿੱਚ ਲਗਾਤਾਰ ਬੁਲੰਦ ਨਜ਼ਰ ਆ ਰਹੇ ਨੇ। ਹਾਲਾਂਕਿ ਕਿਹਾ ਜਾ ਰਿਹਾ ਕਿ ਰਾਤ ਨੂੰ ਜੋ ਇਸ ਕਾਰ ਦਾ ਮਾਲਕ ਹੈ ਉਹ ਇਸ ਨੂੰ ਖੜੀ ਕਰਕੇ ਗਿਆ ਸੀ, ਪਰ ਜਦੋਂ ਸਵੇਰੇ ਆ ਕੇ ਦੇਖਿਆ ਤਾਂ ਉਸਦੇ ਹੋਸ਼ ਉੱਡ ਗਏ ਕਿਉਂਕਿ ਇਸਦੇ ਚਾਰੋਂ ਟਾਇਰ ਨਜ਼ਰ ਹੀ ਨਹੀਂ ਸੀ ਆ ਰਹੇ। ਆਖਿਰ ਨਜ਼ਰ ਵੀ ਕਿਵੇਂ ਆਉਂਦੇ ਕਿਉਂਕਿ ਚੋਰਾਂ ਦੇ ਵੱਲੋਂ ਇਸ ਨੂੰ ਇੱਟਾਂ 'ਤੇ ਲਾ ਕੇ ਜੋ ਇਸਦੇ ਚਾਰੋਂ ਟਾਇਰ ਖੋਲ੍ਹ ਕੇ ਲੈ ਗਏ ਨੇ। ਤਾਂ ਇਹ ਮਾਮਲਾ ਸੰਗਰੂਰ ਤੋਂ ਸਾਹਮਣੇ ਆਇਆ ਜਿੱਥੇ ਕਿ ਇੱਕ ਨਵੀਂ ਕਾਰ ਦੇ ਚਾਰੋਂ ਟਾਇਰ ਚੋਰਾਂ ਦੇ ਵੱਲੋਂ ਚੋਰੀ ਕਰ ਲਏ ਗਏ ਨੇ ਅਤੇ ਕਾਰ ਨੂੰ ਇੱਟਾਂ ਦੇ ਸਹਾਰੇ ਖੜਾ ਕਰਕੇ ਮੌਕੇ ਤੋਂ ਫਰਾਰ ਹੋ ਗਏ ਨੇ। ਰਾਤ ਕੋ 10-11 ਵਜੇ ਤੱਕ ਹਮ ਲੋਕ ਜਾਗਦੇ ਹੀ ਰਹਤੇ, ਉਸ ਸਮੇਂ ਤੱਕ ਤਾਂ ਕੁਛ ਹੁਆ ਨਹੀਂ ਥਾ। ਔਰ ਜਬ ਹਪਨ ਸੋ ਗਏ ਤਾਂ ਫਿਰ 2-2.5 ਕੇ ਬੀਚ ਮੇ ਜੋ ਹੈ 3 ਵਜੇ ਕੇ ਆਸ ਪਾਸ ਜੋ ਹੈ ਯਹਾਂ ਸੇ ਲੋਕ ਲੈ ਗਏ। ਕਿਆ ਨੁਕਸਾਨ ਹੈ? ਚਾਰੋ ਪਹੀਆ ਮੇਰੇ ਨਿਕਾਲ ਲਏ ਗਏ। ਅਬ ਕਿਆ ਪੁਲਿਸ ਕੋ ਇਸਕੀ ਕਹਿ ਦੀ ਹੈ? ਪੁਲਿਸ ਕੋ ਯਾਰੋ ਮੈਂ ਸ਼ਿਕਾਇਤ ਦੇਨੇ 112 ਪੇ ਮੈਨੇ ਪ੍ਰਾਇਮਰੀ ਜੋ ਹੈ ਕੰਪਲੇਨ ਕਰ ਦਿਆ ਥਾ। ਔਰ ਅਭੀ ਜਾ ਰਹਾ ਹੂੰ ਮੈਂ ਰਿਪੋਰਟ ਲਿਖਵਾਨੇ ਪੁਲਿਸ ਮੇ ਥਾਨਾ ਪੇ। ਸੀਸੀਟੀਵੀ ਸਾਹਮਣੇ ਆਇਆ ਲੇਕਿਨ ਉਹ ਗਾੜੀ ਕਾ ਨੰਬਰ ਐਕਚੁਅਲੀ ਨਹੀਂ ਪਤਾ ਚਲ ਪਾਇਆ, ਕੇਵਲ ਬਸ ਗਾੜੀ ਪਤਾ ਚਲੀ ਸਵਿਫਟ ਡਿਜ਼ਾਇਰ ਹੈ, ਯੈਲੋ ਪਲੇਟ ਕੀ ਹੈ, ਉਹ ਲੈ ਕੇ ਗਈ ਹੈ। ਸਰ ਲਾਅ ਐਂਡ ਆਰਡਰ ਕੋ ਕੈਸੇ ਦੇਖਤੇ ਹੋ? ਅਬ ਭਾਈ ਚੋਰ ਪਕੜ ਲਿਏ ਜਾਏ, ਬਾਕੀ ਔਰ ਕਿਸੇ ਕਾ ਨੁਕਸਾਨ ਨਾ ਕਰਨੇ ਪਾਏ, ਇਸਕੇ ਇਲਾਵਾ ਕਿਆ ਚਾਹੀਏ? ਹਮਾਰਾ ਤੋ ਪਤਾ ਨਹੀਂ ਵਾਪਸ ਹੋ ਪਾਏਗਾ ਨਹੀਂ ਹੋ ਪਾਏਗਾ। ਕਿਤਨਾ ਨੁਕਸਾਨ ਹੋਗਾ? ਨੁਕਸਾਨ ਸਾਰੇ ਰਿਮ ਔਰ ਪਹੀਏ ਸਾਰੇ ਲੈ ਗਏ, ਲੋਇਬਿਲ ਤੇ ਸਾਰੇ ਮਾਨ ਕੇ ਚਲੀਏ ਤੋ ਹੋ ਗਿਆ ਕਰੀਬ 70,000 ਕੇ ਆਸ ਪਾਸ ਕਾ ਨੁਕਸਾਨ ਹੋ ਗਿਆ।